ਪੀਰ ਜਿਹੜੀ ਔਲਾਦ ਆ, ਅਸੀਂ ਵੀ ਔਲਾਦ ਆ, ਸਾਨੂੰ ਵੀ ਲੋਕ ਗਿਆਰਵੀਆਂ ਦੇਣ, ਹੈਂਜੀ ਕੋਲੇ ਸ਼ਰੀਫ ਵੀ ਭੇਜਣੇ ਗਿਆਰਵੀਆਂ, ਅਸੀਂ ਹੁਣ ਖਾਲੀ ਜਮਾਂ ਗਿਆਰਵੀਆਂ ਕਰਨ ਵਾਸਤੇ ਤਾਂ ਨਹੀਂ ਆ, ਜਾਂ ਮਜਲਿਸ ਗਿਆਰਵੀਂ ਨਹੀਂ ਲਾ ਕੇ ਦੀ ਜੀ, ਗੌਸ ਪਾਕ ਦੀ ਤਾਰੀਫ ਕਰ ਛੋੜੀ ਜੀ, ਕਵਾਲੀ ਹੋ ਗਈ, ਹੈਂਜੀ ਤੇ ਫਿਰ ਬਹਿ ਕੇ ਜਨਾਬ ਪੈਸੇ ਜਿਤਨੇ ਲੱਖਾਂ ਰੁਪਏ ਹੋਏ ਆਪਣੇ ਖਾਧਾ ਪੀਤਾ, ਕੋਈ ਲੰਗਰ ਚਲਾ ਕੇ ਦਾ, ਕੋਈ ਕੰਮ ਚਲਾ ਕੇ ਦਾ, ਤੇ ਇਹ ਗੌਸ ਪਾਕ ਦੀ ਖਿਦਮਤ ਨਹੀਂ, ਗੌਸ ਪਾਕ ਦੀ ਖਿਦਮਤ ਇਹ ਨਹੀਂ, ਗੌਸ ਪਾਕ ਦੀ ਖਿਦਮਤ ਇਹ ਵੇ ਕਿ ਸਾਰਾ ਮਿਸ਼ਨ, ਸਾਰੀ ਜ਼ਿੰਦਗੀ ਜਿਹੜੀ ਉਹਨਾਂ ਇਹ ਕੰਮ ਕੀਤਾ, ਉਸ ਨੂੰ ਤੁਸੀਂ ਅੱਗੇ ਆਣੋ। ਵੇਖੋ ਨਾ, ਅਸਾਂ ਲੋਕਾਂ ਸਾਰੇ ਪੀਰ ਜਿੱਥੇ ਵੀ ਜਿਹੜਾ ਬੈਠਾ, ਮੈਂ ਆਪ ਵੀ ਵਿੱਚ ਹੀ ਹਾਂ, ਅਸਾਂ ਲੋਕਾਂ ਅੱਜ ਤੱਕ ਕੀ ਕੀਤਾ, ਅਸਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ, ਜਾਇਦਾਦਾਂ ਬਣਾਈਆਂ, ਬੜੀਆਂ ਬੜੀਆਂ ਅਸਾਂ ਆਪਣੇ ਮਹੱਲਾਤ ਬਣਾਏ, ਬੜੇ ਬੜੇ ਕੰਮ ਕੀਤੇ, ਪਿਓ ਦਾਦੇ ਦੀ ਕਬਰਾਂ ਨੂੰ ਕੈਸ਼ ਕਰਾਇਆ, ਸਾਰੀ ਉਮਰ, ਸਾਰਾ ਉਮਰ ਸਾਡਾ ਇਹੀ ਕੰਮ ਹੈ, ਅਸਾਂ ਕੰਮ ਦੀਨ ਦੀ ਖਿਦਮਤ ਕੀ ਕੀਤੀ, ਇਹ ਲੋਕ ਪੁੱਛਦੇ ਨੇ, ਕੁਐਸਚਨ ਹੈ। ਖੁਦਾ ਦਾ ਵਾਸਤਾ ਹੈ, ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਕਹਿ ਰਿਹਾ ਕਿ ਸਾਰੇ ਮੇਰੇ ਬਰਾਦਰੀ ਦੇ ਜਿਹੜੇ ਲੋਕ ਹਨ, ਮੇਰੇ ਬਰਾਦਰੀ ਦੇ ਲੋਕਾਂ ਨੂੰ ਵੀ ਅੱਲਾ ਤੌਫੀਕ ਦੇਵੇ, ਜਿਹੜੇ ਗੋਲਡੇ ਸ਼ਰੀਫ ਵਿੱਚ ਹੋਣ, ਉਹਨਾਂ ਨੂੰ ਵੀ ਮਜ਼ੀਦ ਅੱਲਾ ਤੌਫੀਕ ਦੇਵੇ, ਜਿਹੜੀਆਂ ਮੈਂ ਗੱਲਾਂ ਕਰ ਰਿਹਾ ਮੇਰੇ ਨਾਲ, ਯਾਨੀ ਖਤਮੇ ਨਬੂਵਤ ਦੇ ਮਸਲੇ ਚ ਨਿਕਲਣ, ਮੇਰਾ ਤਾਵਨ ਕਰਨ, ਮੇਰੀਆਂ ਲੱਤਾਂ ਛਿੱਕਣ ਦੇ ਬਜਾਏ ਮੇਰਾ ਤਾਵਨ ਕਰਨ, ਉਹਨਾਂ ਨੂੰ ਵੀ ਅੱਲਾ ਤੌਫੀਕ ਦੇਵੇ ਕਿ ਅਗਰ ਪੀਰ ਮੇਰ ਅਲੀ ਸ਼ਾਹ ਦੇ ਘਰ ਜੰਮਣ ਔਰ ਉਸ ਖਾਨਦਾਨ ਨੱਚਣ, ਤੇ ਉਹ ਤੱਕਣ ਕਿ ਸਾਡਾ ਕਿਤਨਾ ਵੱਡਾ ਦਾਦਾ ਗੁਜ਼ਰਿਆ, ਤੇ ਉਹਨਾਂ ਦਾ ਮੁਖਾਲਫੀਨ ਕਿੱਥੇ ਤੱਕ ਪਹੁੰਚ ਗਏ, ਔਰ ਅਸੀਂ ਉੱਥੇ ਹੀ ਖੁੱਬ ਕੇ ਬੈਠੇ ਹਾਂ, ਉਹ ਵਈ ਜੋ ਵਿੱਚ ਪੈਸੇ ਪਾਏ, ਉਹ ਵਈ ਖਾਧਾ ਪੀਤਾ, ਉਹ ਵਈ ਆਪਣੇ ਸੰਦੂਕੜੀ ਖੋਲੀ ਤਕਸੀਮ ਕਰ ਛੋੜੀ, ਇਹ ਹੀ ਪੀਰੀ ਹੈ, ਚਾਰ ਲਫ਼ਜ਼ ਕਵਾਲੀ ਨੇ ਬੁਲਵਾ ਛੋੜੇ, ਇਹ ਹੀ ਪੀਰੀ ਨਹੀਂ, ਹੋਰ ਜਿਤਨੇ ਸਿਲਸਿਲੇ ਜਿਤਨੀਆਂ ਦਰਗਾਹਾਂ ਉਹਨਾਂ 'ਚ ਤਕਰੀਰਾਂ ਹੋ ਗਈਆਂ, ਇਹ ਪੀਰੀ ਨਹੀਂ, ਪੀਰੀ ਹੋਵੇ ਕਿ ਜਿਹੜੇ ਸਾਹਿਬ ਮਜ਼ਾਰ ਹਨ, ਉਹਨਾਂ ਅੱਲਾ ਔਰ ਰਸੂਲ ਦੇ ਜਿਹੜੀ ਇਕਾਮਤ ਏ ਦੀਨ ਔਰ ਅਕਾਇਦ ਦੀ ਦਰੁਸਤਗੀ, ਇਹ ਪੀਰ ਖੁਦ ਬਿਆਨ ਕਰਨ, ਪੀਰ ਨਜ਼ਰਾਨਾ ਖੁਦ ਲੈਂਦੇ ਨੇ ਤੇ ਮਸਲਾ ਖੁਦ ਨਹੀਂ ਬਿਆਨ ਕਰਦੇ, ਮੌਲਵੀਆਂ ਨੂੰ ਵੀ ਖਿਲਾਰ ਦਿੰਦੇ ਨੇ, ਮੌਲਵੀਆਂ ਨੂੰ ਚਾਹੀਦਾ ਆਖਣ ਪੀਰ ਸਾਹਿਬ ਤੁਸੀਂ ਆਪ ਬੋਲੋ, ਨਜ਼ਰਾਨਾ ਆਪ ਕਿੰਨੇ ਹੋ ਤੇ ਮਸਲਿਆਂ ਵਾਸਤੇ ਅਸਾਂ ਖਿਲਾਰ ਛੋੜਨੇ ਹੋ, ਜਾਂ ਤਾਂ ਪੈਸੇ ਵੀ ਅਸਾਂ ਦਿਓ ਨਾ, ਇੰਨਾ ਕਰੋ, ਮੌਲਵੀਆਂ ਵੀ ਕੁਝ ਇਹਤਿਆਤ ਕਰਨੀ ਚਾਹੀਦੀ, ਇਹ ਪੀਰ ਦੇਣੇ ਕੁਝ ਨਹੀਂ ਕਿਸੇ ਆ, ਮੌਲਵੀ ਸਾਹਿਬਾਨ ਵੀ ਇਹਤਿਆਤ ਕਰਨ, ਖਿਆਲ ਕਰਨ ਤੇ ਆਪਣਾ ਆਪਣਾ ਕੰਮ ਕਰੋ, ਤੁਸੀਂ ਆਪਣਾ ਤੁਸੀਂ ਦੀਨੀ ਮਦਾਰਸ ਚਲਾ ਰਹੇ ਹੋ, ਤੇ ਇਹਨਾਂ ਨੂੰ ਆਖੋ ਤੁਸੀਂ ਕਿ ਬਲਾ ਆਪ ਬੋਲੋ, ਆਪ ਪੜ੍ਹੋ, ਪੜ੍ਹਿਆ ਤੁਸੀਂ ਕਿਉਂ ਨਹੀਂ, ਪੜ੍ਹਿਆ ਨੇ ਤੇ ਬੋਲੋ, ਦੱਸੋ ਲੋਕਾਂ, ਦੱਸੋ ਲੋਕਾਂ ਦੇ ਅਕੀਦੇ ਠੀਕ ਕਰੋ ਕਿ ਮਾਈ ਜੀ ਅਸੀਂ ਨਾ ਨੇ ਹਾਜਤ ਰਵਾ, ਅਸੀਂ ਆਜਤਾਂ ਪੂਰੀਆਂ ਨਾ ਕਰ ਸਕਨੇ ਆ ਨੇ, ਅਸੀਂ ਤੁਹਾਡੇ ਅਰ ਮੁਹਤਾਜ ਹਾਂ, ਅਸੀਂ ਇਹ ਹੱਥ ਚਾਹੁੰਦੇ ਆ ਨੇ ਮਾਲਕ ਦੇ ਅੱਗੇ, ਹੈਂ ਤੇ ਔਰਤਾਂ ਜਿਹੜੀਆਂ ਸਾਦਾ ਮਿਜ਼ਾਜ ਹਨ, ਜਿਹੜੀਆਂ ਬਰਤਾਨੀਆਂ ਚ ਭਰੀਆਂ ਹੀ ਹਨ ਤੇ ਵਿਚਾਰੀਆਂ ਕਿਸੇ ਤਵੀਜ਼ ਪਿੱਛੇ ਪਈਆਂ ਹੀ ਹਨ, ਇਹ ਚਾਂਬਾ ਪਾਓ ਜੀ, ਇਹ ਜਨਾਬ ਇਹ ਕਰੋ, ਜਿਹੜੇ ਤਮਾਸ਼ੇ ਮੈਂ ਤੱਕਣਾ, ਯਾ ਅੱਲਾ ਮੈਂ ਤਾਂ ਕੰਨਾ ਹੱਥ ਲਾਨਾ, ਯਾ ਅੱਲਾ ਇਹ ਮਖਲੂਕ ਕਿਸ ਤਰ੍ਹਾਂ ਇਸਾਂ, ਤੂੰ ਹਦਾਇਤ ਅਤਾ ਫਰਮਾ, ਆਪਣੇ ਨਬੀ ਮੁਕਰਮ ਨੀ ਤਾਲੀਮਾਤ ਜਿਹੜੀਆਂ ਹਦੀਸਾਂ ਚ ਅਸਾਂ ਪੜੀਆਂ, ਉਹ ਮੈਂ ਤਾਂ ਰੋਣਾ, ਮੈਂ ਤਾਂ ਪਿੱਟਣਾ, ਮੈਂ ਤਾਂ ਆਹਨਾ, ਮਾਂ ਚੈਨਲ ਮੈਨੇ ਸਾਹਮਣੇ ਰਹਿਵੇ, ਮੈਂ ਕੋਈ ਮੌਕਾ ਹੋਵੇ ਤੇ ਮੈਂ ਲੋਕਾਂ ਦੱਸਾਂ, ਜਿਹੜੇ ਮੈਂ ਦੋ ਚਾਰ ਗੱਲਾਂ ਜਿਹੜੀਆਂ ਖੁੱਲੀਆਂ 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 ਦੱਸਾਂ ਲੋਕਾਂ, ਇਹ ਬੰਦ ਹੋ ਕੇ ਤੇ ਐਵੇਂ ਚਗਲ ਚਗਲ ਕੇ ਗੱਲਾਂ ਨਾ ਕਰਾਂ, ਖੁੱਲੀਆਂ ਗੱਲਾਂ ਕਰਾਂ, ਤੁਸਾਂ ਤੱਕ ਪੈਗਾਮ ਸੱਚ ਪਹੁੰਚੇ, ਸੱਚ ਪਹੁੰਚੇ, ਤੁਸੀਂ ਲੋਕ ਸੱਚਾ ਕਬੂਲ ਕਰੋ, ਇਹ ਸਾਰੇ ਐਵੇਂ ਮਰਨੇ ਨੇ ਗੱਲਾਂ, ਕੋਈ ਮੁਸ਼ਕਲ ਨੇ ਵੇਲੇ ਕੋਈ ਕੰਮ ਆਉਣ ਵਾਲਾ ਨਹੀਂ ਨੇ, ਆਪਣੀ ਜਾਨ ਤੇ ਬਣਸੀ ਨੇ ਤੇ ਉਸ ਵੇਲੇ ਤੁਸੀਂ ਉਸੀ ਮਾਲਕਾਂ ਪੁਕਾਰ ਸੋ ਤੇ ਉਹ ਵੀ ਤੁਸਾਂ ਨੇ ਕੰਮ ਆਸੀ ਨੇ, ਕੋਈ ਨੇੜੇ ਨਹੀਂ ਲੱਗਣਾ ਨੇ, ਇਹ ਮੈਂ ਲਿਖ ਕੇ ਦੇਣਾ ਤੁਸਾਂ, ਮੈਂ ਇੱਕ ਪੀਰ ਹਾਂ ਔਰ ਚੰਗਾ ਭਲਾ ਪੀਰ ਹਾਂ ਮੈਂ, ਇਹ ਜੀ ਗੱਲ ਨਹੀਂ ਨੇ ਜੇ ਐਵੇਂ ਮੈਂ ਪੀਰ ਹਾਂ, ਇਤਨਾ ਕੁਝ ਐਦੇ ਵੱਡੇ ਦਾਦੇ ਨਾਲ ਪੋਤਰਾ ਮੈਂ ਤੇ ਐਵੇਂ ਅਨਪੜ੍ਹ ਤੇ ਚਬਲ ਕਿਸਮ ਨਾਲ ਪੋਤਰਾ ਨਾ, ਪੜ੍ਹਿਆ ਲਿਖਿਆ ਆਦਮੀ ਆ, ਦੋ ਚਾਰ ਲਫ਼ਜ਼ ਪੜ੍ਹਿਆ ਮੈਂ ਇਤਨਾ ਸਮਝ ਸੋਚ ਕੇ ਤੁਸਾਂ ਗੁਜ਼ਾਰਿਸ਼ ਕਰਨਾ ਕਿ ਅੱਲਾ ਦਾ ਬੂਆ ਨਾ ਛੋੜਿਓ, ਰਸੂਲ ਅੱਲਾ ਦੀ ਤਾਲੀਮਾਤ ਨਾ ਛੋੜਿਓ, ਅਸਲ ਚੀਜ਼ ਉਹ ਨੇ, ਅਸਲ ਐ ਨੇ, ਤੇ ਬਾਕੀ ਇਹ ਸਾਰੀਆਂ ਡੁੱਗ ਡੁੱਗੀਆਂ ਨੇ, ਸਾਰੇ ਵਜਾਣੇ ਪਏ ਨੇ ਆਪਣੀਆਂ ਆਪਣੀਆਂ, ਤੇ ਕੋਈ ਕੇ ਪਿਆਹਨਾ ਨੇ, ਕੋਈ ਕੇ ਬਾਂਤ ਬਾਂਤ ਦੀਆਂ ਨਵੀਆਂ ਨਵੀਆਂ ਬੋਲੀਆਂ ਬੋਲਣੇ ਪਏ, ਨਵੇਂ ਨਵੇਂ ਸਿਲਸਿਲੇ ਪਏ ਨਿਕਲਣੇ, ਨਵੇਂ ਨਵੇਂ ਇਦਾਰੇ ਪਏ ਨਿਕਲਣੇ, ਅਹਿਲੇ ਸੁਨਤ ਵਾਲ ਜਮਾਤ ਦਾ ਪੁਰਾਣਾ ਜਿਹੜਾ 1400 ਸਾਲ ਤੋਂ ਮਸਲਕ ਚਲਾ ਆ ਰਿਹਾ, ਅਗਰਚੇ ਹੁਣ ਨਵੀਆਂ ਚੀਜ਼ਾਂ ਉਸ ਵਿੱਚ ਵੀ ਲੋਕਾਂ ਪਾ ਛੋੜੀਆਂ ਕਿ ਜਨਾਬ ਫਲਾਣਾ ਜਿਹੜਾ ਕੰਮ ਨਾ ਕਰ ਸੀ ਉਹ ਵੀ ਸੁਣੀ ਨਹੀਂ, ਜਿਹੜਾ ਫਲਾਣਾ ਕੰਮ ਨਾ ਕਰ ਸੀ ਉਹ ਵੀ ਸੁਣੀ ਨਹੀਂ, ਨਹੀਂ ਅਸੀਂ ਸੁਣੀ ਹਾਂ, ਅੱਲਾ ਨੇ ਅੱਲਾ ਦੇ ਫਜ਼ਲ ਨਾਲ ਔਲੀਆ ਅੱਲਾ ਨੂੰ ਮੰਨਣੇ ਵਾਲੇ ਹਾਂ, ਲੇਕਿਨ ਔਲੀਆ ਅੱਲਾ ਨੂੰ ਅੱਲਾ ਦਾ ਬੰਦਾ ਮੰਨਣੇ ਵਾਲੇ ਹਾਂ,
اللہ دے رسولاں نو اللہ دا رسول مننے والے عبدہو و رسولو مننے والے ہیں اتنا نہ چاؤ اتنا نہ چاؤ کہ اللہ بھی ناراض ہوئے تے رسول بھی ناراض ہوئے تے اتنی بےزتی بھی نہ کرو کہ اللہ تساں قیامت والے دن کھلن بھی نہ دے وے کہ میں جنہ عزت دیتی انہاں تساں بےعزت کر چھوڑیا اج تسی کیڑے عزت نے قابل ہو اے جڑا بیلنس ہے اے ضرور قائم رکھنا چاہینا ہے میرے ناظرین اور سامعین جڑے اس ویلے کروڑاں دی تعداد وچ سن رہے ہیں میں جو کچھ پیش کر سکنا میں سمجھیا میں ایک پیر ہو کے پیر فیملی پیر میر علی شاہ دا پوترا میں تے میں اے نہیں چاہنا کہ میں کافی جتنی عمر میری ہو چکی ہے گزار چکیا تے میں انہیرے چ کسی نہ رکھنا انہیرے چ نہ رکھنا میں جڑیاں ورتیاں نے آپے تے اللہ ماں میں منیا نے تے ورت کے منیا ایک ہونا نا خاندانی اے دسنے رہنے بچیاں جناب اللہ بھی کہنے جی فیض آسمان بنایا اے قیدیاں جی لکھیا ہونا ہے ابتدائی بچے پڑھنے اے دریا چلانا ہے تکو جی دیوں چاڑھنا ہے اے ساری دنیا پڑھنی ہے لیکن اسی اس ایک دور وچ میں گزریا ابتلا وچ مشکلات وچ گزریا جس لئے سارے ماں چھوڑ گئے تے میں 15-20 سالاں اللہ فرما دسے کہ میں ہی ہاں تنڈا کوئی نہیں ہے تیرا اس واسطے میں اللہ ماں اس طرح مننا کہ اللہ ماں او توفیق دے وے کہ جس طرح اللہ مننے نہ حق کے میں انہوں مننا میں اس طرح حالے نہ مننا جس طرح حضور دا حکم ہے تا جیتا مقام ہے او نہیں میں سمجھنا کہ اتھے میں اتھے پہنچیا لیکن میں عام جڑے ہیں پھرنے پہننا پیر تے مولوی تے حضرات دنیا اس کو لو زیادہ اسی سمجھنے ہیں اس چیزاں کہ اساں کتنا مننا چاہینا ہے اور کتھوں اسی نقصان چاہاں کتھے خطرہ ہے کتھوں اسی غلط ہاں اے گل نہیں ہونی چاہینی اس ساری افرا تفری اے اور تک انہوں نا دہشت گرد